ਉਨੀ ਦੇਰ ਤੱਕ ਘੇਰ ਕੇ ਰੱਖਣਗੇ ਜਿੰਨੀ ਦੇਰ ਤੱਕ ਮਸਲਾ ਹੱਲ ਨਹੀਂ ਹੁੰਦਾ। ਇਹ ਸੱਚਾਈ ਵੀ ਹੈ। ਇਸ ਕਰਕੇ ਪ੍ਰਸ਼ਾਸਨ ਨਾਲ ਆਪਣੀ ਲੰਬਾ ਸਮਾਂ ਗੱਲਬਾਤ ਚੱਲੀ ਹੈ, ਉਹਦੇ 'ਚ ਆਪਾਂ ਆਪਣੀਆਂ ਗੱਲਾਂ ਬਾਤਾਂ ਰੱਖੀਆਂ ਬਹੁਤ ਸਾਰੀਆਂ ਜੋ ਜਾਇਜ਼ ਹੈ। ਜਾਣੀ ਇਹਨਾਂ ਦੇ ਸੂਦਖੋਰੀ ਦੇ ਇੰਨੇ ਹੱਦ ਬੰਨੇ ਟਪਾ ਚੁੱਕੀ ਹੈ ਇਹ ਮਖਸੂਸ ਫਾਈਨੈਂਸ ਕੰਪਨੀਆਂ, ਖਾਸ ਕਰਕੇ ਸੋਨੇ ਦੇ ਉੱਤੇ ਕਰਜ਼ਾ ਦੇਣ ਵਾਲੀਆਂ ਜਿਹੜੀਆਂ ਕੰਪਨੀਆਂ ਹੈ, ਇਹਨਾਂ ਦੇ ਚੱਕਰਵਰਤੀ ਵਿਆਜ ਹੈ। ਜੇ ਇੱਕ ਵਾਰੀ ਬੰਦਾ ਫਸ ਗਿਆ ਉਹ ਮੋੜਨ ਤੋਂ ਅਸਮਰੱਥ ਹੁੰਦਾ। ਆਪਾਂ ਰਾਹਤ ਚਾਹੁੰਦੇ ਤੇ ਇਸ ਮਸਲੇ ਦੇ ਵਿੱਚ, ਕਿਉਂਕਿ ਜਿਹੜੇ ਪਰਿਵਾਰ ਨੇ ਇੱਥੋਂ ਕਰਜ਼ਾ ਲਿਆ ਗੋਲਡ ਸੋਨਾ ਰੱਖ ਕੇ, ਉਹ ਕਰਜ਼ਾ ਮੋੜਨ ਤੋਂ ਅਸਮਰੱਥ ਹੈ। ਇਸ ਕਰਕੇ ਬੈਠੇ ਹਾਂ ਅਸੀਂ ਇਸ ਬੈਂਕ ਅੱਗੇ। ਚਾਰ ਵਾਰੀ ਸੋਨਾ ਧਰ ਚੁੱਕਿਆ ਪਰਿਵਾਰ ਅਤੇ ਚਾਰ ਵਾਰੀ ਲੋਨ ਲਿਆ। ਉਹਦੇ ਉੱਤੇ ਲੋਨ ਕਿੰਨਾ? 2020 ਤੋਂ ਲੈ ਕੇ ਜੇ ਅਸੀਂ 2022 ਤੱਕ ਗੱਲ ਕਰੀਏ ਤਾਂ ਇੱਕ ਵਾਰੀ 1,27,000 ਰੁਪਇਆ 5 ਤੋਲਿਆਂ ਦੇ ਉੱਤੇ, ਅਤੇ ਉਹ ਤੋਂ ਉਸ ਤੋਂ ਅੱਗੇ ਮਈ ਦੇ ਵਿੱਚ ਫਿਰ 5 ਤੋਲੇ ਸੋਨਾ ਰੱਖ ਕੇ ਲੋਨ ਲਿਆ 1,66,000 ਰੁਪਇਆ। ਜਾਣੀ ਫਿਰ ਦੁਬਾਰੇ ਫਿਰ ਲੋਨ ਲਿਆ ਉਸਦੇ ਦੇ ਉੱਤੇ 1,33,000 ਰੁਪਇਆ। 2021 ਦੇ ਵਿੱਚ ਫਿਰ ਸੋਨਾ ਗਹਿਣੇ ਰੱਖੇ 2.5-3 ਤੋਲੇ, ਉਹਦੇ ਉੱਤੇ 67,000 ਰੁਪਇਆ ਜਿਹੜਾ ਆਪਾਂ ਕਹਿ ਦਈਏ ਵੀ ਕਰਜ਼ਾ ਲਿਆ। ਜਾਣੀ ਇਹ ਕਰਜ਼ਾ ਦੇਣ ਤੋਂ ਪਹਿਲਾਂ, ਸੋਨਾ ਰੱਖਣ ਤੋਂ ਪਹਿਲਾਂ ਆਪਦਾ ਪਿਛਲਾ ਸਾਰਾ ਬਕਾਇਆ ਜਿਹੜਾ ਚੱਕਰਵਰਤੀ ਵਿਆਜਾਂ ਸਮੇਤ ਉਹ ਵਸੂਲਦੇ ਰਹੇ ਹੈ। ਇਹਦੇ ਵਿੱਚੋਂ ਬਹੁਤ ਘੱਟ ਪੈਸੇ ਪਰਿਵਾਰ ਨੂੰ ਦਿੰਦੇ ਰਹੇ ਹੈ। ਆਪਾਂ ਇਹ ਗੱਲ ਪ੍ਰਮਾਣ ਕਰ ਲਈ, ਪਰਿਵਾਰ ਦੇ ਮੁਤਾਬਕ 5,93,000 ਰੁਪਇਆ ਜਿਹੜਾ ਅਸਲ ਪਹੁੰਚਿਆ ਹੋਇਆ ਉਹਦੇ ਵਿੱਚੋਂ 3 ਲੱਖ ਰੁਪਇਆ ਪਰਿਵਾਰ ਨੇ ਵਾਪਸ ਕਰ ਦਿੱਤਾ ਹੈ। ਹੋਇਆ 4 ਲੱਖ ਰੁਪਇਆ ਵਾਪਸ ਹੈ, ਕਿਉਂਕਿ ਇਸ ਮਖੂਡ ਫਾਈਨੈਂਸ ਦੇ ਵਿੱਚ ਜੇ ਕੋਈ ਕਿਸ਼ਤ ਟੁੱਟਦੀ ਹੈ, ਦੁਬਾਰੇ ਨਵੀਂ ਕਰਾਉਣ ਆਉਂਦਾ ਬੰਦਾ, ਉਹਦੇ ਜਿੰਨੇ ਪੈਸੇ ਉਹ ਭਰਾਉਂਦੇ ਆ ਉਹਦੀ ਪਰਚੀ ਨਹੀਂ ਦਿੰਦੇ ਇਹ। ਉਹ 50,000 ਰੁਪਈਏ ਤੱਕ, 20-30,000 ਰੁਪਈਏ ਤੱਕ ਇਸ ਤਰ੍ਹਾਂ 1,00,000 ਰੁਪਈਆ ਪਰਿਵਾਰ ਨੇ ਵੱਖਰਾ ਭਰਿਆ। ਜਾਣੀ 4 ਲੱਖ ਰੁਪਈਆ ਪਰਿਵਾਰ ਭਰ ਚੁੱਕਿਆ। 3 ਲੱਖ ਦੀਆਂ ਆਪਣੇ ਲਵੇ ਰਸੀਦਾਂ ਨੇ। ਜਾਣੀ ਜੇ 3 ਲੱਖ ਰੁਪਈਆ ਉਹਦੇ ਵਿੱਚੋਂ ਕੱਢ ਲਈਏ 5,93,000 ਦੇ ਵਿੱਚੋਂ, ਤਾਂ 2,93,000 ਰੁਪਈਆ ਮੂਲ ਵੱਜਦਾ। ਜੇ 2020 ਤੋਂ ਲੈ ਕੇ 22 ਤੋਂ ਲੈ ਕੇ 22 ਤੱਕ ਕੰਮ ਸਾਫ ਚੱਲੇ, 2022 ਤੋਂ ਲੈ ਕੇ 2024 ਤੱਕ 2 ਸਾਲ ਦਾ ਅਸੀਂ ਰੁਪਈਏ ਸੈਂਕੜੇ ਦਾ ਵਿਆਜ ਵੀ ਜੋੜ ਲਈਏ, ਫਿਰ ਵੀ 72,000 ਰੁਪਈਆ ਬਣੂਗਾ, 1,00,000 ਰੁਪਈਆ ਬਣ ਜੂਗਾ। ਜਾਣੀ 3,93,000 ਰੁਪਈਆ ਆਪਾਂ ਕਹਿੰਦੇ ਵੀ ਜਾਇਜ਼ ਤੁਹਾਡਾ, ਤੁਹਾਡੀ ਲੁੱਟ ਮੁਤਾਬਕ ਹੈ। ਜਾਣੀ ਉਹਦਾ ਇਹ ਬਣਾਈ ਕਿੰਨਾ ਬੈਠੇ? ਉਹਦਾ 6,80,000 ਰੁਪਈਆ ਪ੍ਰਿੰਸੀਪਲ ਜਿਹਨੂੰ ਮੂਲ ਕਹਿੰਦੇ ਆ ਇਹ ਅਸੀਂ ਵਸੂਲਣਾ ਹੈ। 4,93,000 ਰੁਪਈਆ ਉਹਦੇ ਉੱਤੇ ਵਿਆਜ ਉਹ ਵੱਖਰਾ ਖੜਾ ਕਰੀ ਖੜੇ ਹੈ। ਜਾਣੀ ਤਹਿਸੀਲਦਾਰ ਸਾਹਿਬ ਨੇ ਜ਼ੋਰ ਲਾ ਲਿਆ ਵੀ ਤੁਸੀਂ ਆਹ ਰਕਮ ਇੰਨੀ ਦਿੱਤੀ ਹੈ ਅਤੇ ਤੁਸੀਂ ਇੰਨਾ ਵਸੂਲ ਕੇ ਗੱਲਬਾਤ ਕਰ ਲਓ ਵੀ ਇੰਨਾ ਭਈਆ ਦੁੱਗਣੇ ਆ ਗਿਆ, ਨਿਬੜ ਜੇ ਗੱਲ। ਉਹ ਕਹਿੰਦੇ ਜੀ ਕੰਪਨੀ ਨਹੀਂ ਮੰਨਦੀ। ਜਾਣੀ ਹੁਣ ਕੰਪਨੀ ਮੰਨਦੀ ਨਹੀਂ, ਕੰਪਨੀ ਇਕੱਲਾ ਇਸ ਕਰਕੇ ਨਹੀਂ ਵੀ ਅਸੀਂ ਇਸ ਕਰਕੇ ਨਹੀਂ ਛੱਡ ਰਹੇ ਵੀ ਇਹ ਪਰਿਵਾਰ ਆਰਥਿਕ ਤੌਰ 'ਤੇ ਪਛੜਿਆ, ਉਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ, ਖੁਦਕੁਸ਼ੀਆਂ ਕਹਿੰਦੇ ਹੁੰਦੀਆਂ ਹੋ ਜਾਣ ਜਿੰਨੀਆਂ ਮਰਜ਼ੀ। ਅਸਲ ਗੱਲ ਕੀ ਹੈ? ਅਸਲ ਵਜ੍ਹਾ ਇਹ ਹੈ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਸ਼ਹੇ ਦੀ ਨਹੀਂ ਪਹੇ ਦੀ ਹੈ।
ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਸੋਨਾ ਸਾਡੀ ਇਸ ਮਥੂਟ ਫਾਈਨੈਂਸ ਦੇ ਵਿੱਚ ਰੱਖਿਆ ਹੋਇਆ ਥਾਂ ਥਾਂ ਤੇ ਉਹ ਡਿਫਾਲਟਰ ਹੈ। ਅਸੀਂ ਕਿਹਾ ਵੀ ਤੁਸੀਂ ਐਂ ਦੱਸੋ ਵੀ ਡਿਫਾਲਟਰ ਕਿਵੇਂ ਮੰਨਦੇ ਹੋ? ਅੱਜ ਤੁਸੀਂ ਇਹਨੂੰ ਵੀ ਡਿਫਾਲਟਰ ਕਹਿੰਦੇ ਹੋ, ਇਸ ਨੂੰ ਵੀ 20 ਤੋਲੇ ਸੋਨਾ ਤੁਹਾਡੇ ਲਵੇ ਆ ਅਮਾਨਤ ਜਮ੍ਹਾਂ ਹੈ, ਤੇ ਉਹ ਡਿਫਾਲਟਰ ਕਿਵੇਂ ਹੋ ਗਿਆ? ਦੁੱਗਣੀ ਰਕਮ ਦਾ ਤੁਹਾਡੇ ਲਵੇ ਸੋਨਾ ਜਮ੍ਹਾਂ ਪਿਆ, ਤੁਸੀਂ ਤਾਂ ਉਹ ਜ਼ਬਤ ਕਰਨਾ, ਜ਼ਬਤ ਕਰ ਲਓਗੇ, ਡਿਫਾਲਟਰ ਕਿਵੇਂ ਹੋ ਗਏ? ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਕੋਈ ਜਿਹੜਾ ਸੋਨੇ ਤੇ ਲੋਨ ਲੈ ਗਿਆ ਸੋਨਾ ਰੱਖ ਕੇ ਉਹ ਡਿਫਾਲਟਰ ਹੋ ਗਿਆ, ਨਹੀਂ ਹੁੰਦਾ। ਤੁਸੀਂ ਆਪਦਾ ਚੱਕਰਵਰਤੀ ਵਿਆਜ ਵਿੱਚ ਜੋੜ ਕੇ ਉਹ ਤੋਂ ਗੱਤ ਤੇ ਗੁੱਠਾ ਰੱਖ ਕੇ ਭਰਵਾਓਗੇ ਕਿਸ਼ਤਾਂ। ਜਾਣੀ ਉਹ ਕਹਿੰਦੇ ਵੀ ਇਹ ਫਿਰ ਥਾਂ ਥਾਂ ਤੇ ਸਾਰੇ ਪੰਜਾਬ 'ਚ ਰੌਲੇ ਪੈਣਗੇ। ਅਸੀਂ ਕਿਹਾ ਵੀ ਇਹ ਤੁਹਾਡੀ ਦਲੀਲ ਨਹੀਂ ਕੋਈ, ਕਿਸੇ ਦੇ ਜੀ ਨਹੀਂ ਕਰਦਾ ਹੁੰਦਾ ਸਮਾਜ ਦੇ ਵਿੱਚ ਵੀ ਸਮਾਜਿਕ ਤੌਰ 'ਤੇ ਸਾਡਾ ਨਾਂ ਲੈ ਕੇ ਕੋਈ ਬੰਦਾ ਸਾਡੀ ਬੰਦਿਆਂ ਦੇ ਵਿੱਚ ਇਹ ਕਹੇ ਵੀ ਉਹ ਭਰਨ ਤੋਂ ਸਮਰੱਥ ਹੈ ਭਾਈ। ਅਸੀਂ ਕਿਹਾ ਵੀ ਤੁਸੀਂ ਦੱਸੋ ਜੇ ਤੁਹਾਡਾ ਨਾਂ ਲੈ ਕੇ ਅਸੀਂ ਤੁਹਾਡੀ ਬੈਂਕ ਅੱਗੇ ਬੋਲੀਏ ਵੀ ਇਹ ਭਰਨ ਤੋਂ ਸਮਰੱਥ ਹੈ ਭਾਈ, ਇਹ ਕਰਜ਼ਾ ਮੋੜ ਤੋਂ ਸਮਰੱਥ ਹੈ, ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਕਰਜ਼ਾ ਤੁਸੀਂ ਵਿਆਜ ਖਤਮ ਕਰ ਦਿਓ, ਅਤੇ ਆਹ ਲੈ ਲਓ ਜਿਹੜਾ ਤੁਸੀਂ 680,000 ਰੁਪਈਆ ਜਿਹੜਾ ਤੁਸੀਂ ਇਹ ਵੀ ਵਿਆਜ ਰਹੀ ਹੈ ਤੁਹਾਡਾ ਸਾਰਾ। ਜਾਣੀ ਇਸ ਕਰਕੇ ਕੋਈ ਗੱਲ ਨਹੀਂ, ਕੋਈ ਦਲੀਲ ਨਹੀਂ, ਬਸ ਇਹ ਹੱਥ ਬੰਨਦੇ ਵੀ ਤੁਸੀਂ ਸਾਡਾ, ਅਸੀਂ 725,000 ਰੁਪਈਆ ਅਸੀਂ ਪੱਲਿਓ ਪਾਣਾ ਨੇ ਆ। ਕੋਈ ਕਹਿੰਦਾ 50,000 ਮੈਂ ਪਾ ਦੂ, ਕੋਈ ਕਹਿੰਦਾ 25 ਮੈਂ ਪਾ ਦੂ, ਵੀ ਗੱਲ ਨਿਬੇੜ ਲਓ। ਅਸੀਂ ਸਾਫ਼ ਗੱਲ ਕਰਕੇ ਆਇਆ ਵੀ ਅਸੀਂ ਐਂ ਨਿਬੜਨ ਵਾਲੀ ਗੱਲਬਾਤ ਨਹੀਂ ਹੈਗੀ, ਅਸੀਂ 680,000 ਰੁਪਈਆ ਮੰਨਦੇ ਹਾਂ ਤੁਹਾਡਾ ਵੀ ਦੇਣਾ, ਉਹਦੇ ਵਿੱਚ ਅਸੀਂ 4 ਬੰਦੇ ਬੈਠੇ ਹਾਂ ਹਮਦਰਦੀ ਤੌਰ 'ਤੇ, ਤੁਸੀਂ ਕਹਿੰਦੇ ਤੁਸੀਂ ਹਮਦਰਦੀ ਜਿੱਤਿਆ, ਉਹ ਸਾਨੂੰ ਕਹਿੰਦੇ ਵੀ ਤੁਸੀਂ ਧਰਨੇ 'ਤੇ ਖਰਚ ਕਰ ਰਹੇ ਹੋ, ਤੁਸੀਂ ਹਮਦਰਦੀ ਦੱਸੋ ਵੀ ਤੁਸੀਂ ਜਿਤਾਓ ਪਰਿਵਾਰ ਨਾਲ ਹਮਦਰਦੀ। ਅਸੀਂ ਕਿਹਾ ਵੀ ਧਰਨੇ 'ਤੇ ਸਾਡਾ ਖਰਚਾ ਨਹੀਂ, ਧਰਨੇ 'ਤੇ ਉਹ ਸਾਡੇ ਕਿਸਾਨਾਂ ਦੀ ਪਵਿੱਤਰ ਖੂਨ ਪਸੀਨੇ ਦੀ ਕਮਾਈ ਦਾ ਖਰਚਾ ਹੈ ਜਿਹੜੀ ਅਸੀਂ 6ਵੇਂ ਮਹੀਨੇ ਪਿੰਡਾਂ ਦੇ ਵਿੱਚੋਂ ਇਕੱਠੀ ਕਰਦੇ ਹਾਂ, ਇਹਦਾ ਪੈਸੇ ਪੈਸੇ ਦਾ ਹਿਸਾਬ ਕਿਤਾਬ ਹੁੰਦਾ। ਅਤੇ ਜੇ ਤੁਸੀਂ ਹਮਦਰਦੀ ਦੀ ਗੱਲ ਕਰਦੇ ਹੋ, ਅਸੀਂ 4 ਬੰਦੇ ਬੈਠੇ ਹਾਂ, ਅਸੀਂ 5,000 ਰੁਪਈਆ ਪਾ ਕੇ 7,00,000 ਰੁਪਈਆ ਤੁਹਾਨੂੰ ਦਿੰਦੇ ਹਾਂ, 7,00,000 ਰੁਪਈਏ ਜਨਮੇੜ ਲਓ, ਬੋਲੋ, ਗੱਲ ਕਰੋ, ਹਮਦਰਦੀ ਹੈ ਸਾਡੀ, ਤੁਸੀਂ ਦੱਸੋ ਕੀ ਹਮਦਰਦੀ ਕਰਦੇ ਹੋ? ਤੁਸੀਂ ਕੰਪਨੀ ਦੀ ਹਮਦਰਦੀ 'ਤੇ ਹੋ, ਸਾਰੇ ਮੁਲਾਜ਼ਮ ਕੰਪਨੀ ਦੀ ਸੋਚ ਪਈ ਹੋਈ ਹੈ, ਤੁਹਾਨੂੰ ਵੀ ਕੰਪਨੀ ਕੰਨੀ ਉਹਨਾਂ ਅਸੀਂ ਪੈਸਾ ਘਟਾਈਏ, ਆਪਦੇ ਪੱਲਿਓ ਪਾਉਣ ਦੀ ਗੱਲ ਕਰਦੇ ਹੋ, ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਪੱਲਿਓ ਪੈਸੇ ਅਸੀਂ ਪਵਾਈਏ, ਇਸ ਕਰਕੇ ਗੱਲ ਇੱਥੇ ਅਟਕੀ ਹੋਈ ਹੈ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਵੀ ਗੱਲ ਸ਼ਾਹੇ ਦੀ ਨਹੀਂ, ਗੱਲ ਪਹੇ ਦੀ ਹੈ, ਆਪਾਂ ਪਹਾ ਪਾ ਕੇ ਚੱਲਾਂਗੇ ਭਰਾਵੋ। ਆਪਾਂ ਪਹਿਲੀ ਜਥੇਬੰਦੀ ਹੋਊਗੀ ਪੰਜਾਬ ਦੇ ਵਿੱਚ ਆ ਮਥੂਟ ਫਾਈਨੈਂਸ ਅੱਗੇ, ਅਸੀਂ ਕਹਿ ਕੇ ਆਏ ਹਾਂ।